60 बंदे उन्हें मारन ते लगे साडे गल चित चेते जे मैनू इन्ना इन्ना ज्ञान होंदा भी इहनू इन्ने लोक मारन वाले फिरदे ने मैं की वोटां चो लैणा सी मैं की उहदे चो वोटां दे विच भी अपने ते 8 बार हमला होया 8 बार हथ बला बला के तुर गए पर सिक्योरिटी नेड़े होण करके मैनू जीआर ही पिया भी ते फैर ਮੈਨੂੰ ਬ੍ਰਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ ਮੈਨੂੰ ਹਾਰ ਤੋਂ ਨਹੀਂ ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਆ ਜੇ ਤਾਂ ਚੱਲੇ ਚਲੋ ਮਾਲਕ ਦੀ ਕਿਰਪਾ ਰਹੀ ਆਪਾਂ ਪਤਾ ਲੱਗਦਾ ਰਿਹਾ ਆਪਾਂ ਉਹ ਚ ਬਚ ਗਏ ਪਰ ਉਹਨਾਂ ਨੇ ਮੇਰਾ ਕਿਹੜਾ ਫੇਰ ਵੀ ਨਹੀਂ ਛੱਡਿਆ ਰਹਿੰਦੀ ਖੁੰਦੀ ਕਸਰ ਸਰਕਾਰ ਨੇ ਕਰਤੀ ਭਰਾਓ ਸਿਕਿਉਰਿਟੀ ਵੀ ਵਾਪਸ ਲੈ ਲਈ ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ ਮੂਸੇ ਵਾਲੀ ਦੇ ਡੇਰਾ ਸਵਾਮੀ ਦੀ ਸਿਕਿਉਰਿਟੀ ਵਾਪਸ ਲੈ ਲਈ ਕਰਕੇ ਸਿਕਿਉਰਿਟੀ ਵਾਪਸ ਨਹੀਂ ਲਈ ਸੀ ਸਿਕਿਉਰਿਟੀ ਘੱਟ ਕੀਤੀ ਸਭ ਦੇ ਗਨਮੈਨ ਬਾਸ ਮੰਗਾਏ ਦੋ ਦੋ ਮੰਗਾ ਲਏ ਜਿੱਥੇ 4 ਸੀ 2 ਮੰਗਾ ਲਏ ਪਰ ਮੇਰੇ ਬਾਈ ਨੇ ਮੰਗਾ ਲਏ ਉਹ ਆ ਜਿਹੜੇ ਮੁੰਡੇ ਖੜੇ ਆ ਇਹਨਾਂ ਤੇ ਫਰੋਸਾ ਕਰਦਾ ਸੀ ਇਹਨਾਂ ਨੂੰ ਹੀ ਬਾਈ ਨੇ ਵਾਪਸ ਕਰਦਾ ਕਿਸੇ ਦੀ ਸਿਕਿਉਰਿਟੀ ਬਾਈ ਨੇ ਵਾਪਸ ਨਹੀਂ ਹੋਈ ਸਾਡੀ ਹੋਈ ਕਰਨੀ ਇੱਕ ਮੁੰਡਾ ਨਵਾਂ ਆਇਆ ਸੀ ਇੱਕ ਬਿਮਾਰ ਸੀ ਮੈਂ ਗੱਡੀ ਪਿੱਛੇ ਲਾਉਂਦਾ ਸੀ ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ ਮੈਂ 5-4 ਮਿੰਟ ਅੱਗੇ ਮੈਨੂੰ ਕਹਿੰਦਾ ਬਸ ਬਸ ਸਰ ਗਿਆ ਇਹਨੂੰ ਅੰਦਰ ਲਾ ਦੇ ਬਾਪੂ ਅੰਦਰ ਲਾ ਦੇ ਮੈਂ ਅੰਦਰ ਲਾਉਣ ਲੱਗਾ ਉਹਨੇ ਗੱਡੀ ਦਾ ਗੇਅਰ ਲਾਤਾ 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ ਸਾਰਾ ਦਿਨ ਕਰੀ ਜਾਈਏ ਮੁੱਕਣੀਆਂ ਨਹੀਂ ਜਿੰਨੀ ਜੋਗਾ ਹਾਂ ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਤੁਹਾਡੀ ਸੇਵਾ 'ਚ ਰਹੂੰਗਾ ਇਸ ਕੰਮ 'ਚੋਂ ਹਰਾਮ ਹੈ ਜੇਕਰ ਰੁਪਈਆ ਵੀ ਕਦੇ ਖਾਵਾਂਗਾ ਕਿਉਂਕਿ ਮੈਂ ਦੇਣਾ ਕਿਹਨੂੰ ਹੈ ਮੈਂ ਤਾਂ ਤੁਹਾਡੇ ਜੋਗੇ ਨਹੀਂ ਬਸ ਇੱਕ ਇਹ ਹੈ ਜੇ ਮੈਂ ਘਰੇ ਬਹਿਣਾ ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ ਮੇਰਾ ਰਾਤ ਨਹੀਂ ਲੰਘਦਾ ਚਲੋ ਮੈਂ ਤੁਹਾਡੇ 'ਚ ਆ ਜਾਂਦਾ ਗੱਲੀ ਬਾਤੀ ਮਾੜਾ ਦਿਨ ਲੰਘ ਜਾਂਦਾ ਰਾਤ ਲੰਘ ਜਾਂਦੀ ਹੈ ਜਿਹਨੇ ਗੇੜਾ ਗੂੜਾ ਦੇ ਕੇ ਥੱਕ ਜਾਂਦਾ ਨੀਂਦ ਆ ਜਾਂਦੀ ਨੀਂਦ ਆ ਜਾਂਦੀ ਸੁਪਨੇ 'ਚ ਆ ਜਾਂਦਾ ਔਖਾ ਬਹੁਤ ਹੈ ਜ਼ਿੰਦਗੀ ਕਿਵੇਂ ਕੁਝ ਹਾਲੇ ਮੈਨੂੰ ਨਹੀਂ ਪਤਾ ਪਰ ਕੋਸ਼ਿਸ਼ ਕਰ ਰਿਹਾ ਮੈਨੂੰ ਆਪ ਵੱਲੋਂ ਲੋਕਾਂ ਵੱਲੋਂ ਮੈਂ ਵੀ ਥੋੜ੍ਹੇ 'ਚ ਵਿਚਰਾਂ ਥੋੜ੍ਹੇ 'ਚ ਤੁਰਿਆ ਫਿਰਾਂ ਮੈਨੂੰ ਰੁਝੇਵਾਂ ਮਿਲ ਜੂਗਾ ਇੱਕ ਕਰਾਂਗੇ ਕੋਈ ਕੋਸ਼ਿਸ਼ ਕਰਾਂਗੇ ਕੋਈ ਚੰਗਾ ਕੰਮ ਵੀ ਹੋਵੇ ਉਹਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ ਇਹਨੇ ਕਹਿੰਦਾ ਹੋ ਕੁਛ ਭਾਵ ਗਲਤ ਕਹਿ ਗਿਆ ਮੈਂ ਮਾਫ਼ ਕਰਿਓ ਵਾਹਿਗੁਰੂ 50-60 ਬੰਦੇ ਉਹਨੂੰ ਮਾਰਨ 'ਤੇ ਲੱਗਿਆ